ਜੋ ਦਸ਼ਮੇਸ਼ ਪਿਤਾ ਜੀ ਵੱਲੋਂ ਬਖਸ਼ਿਸ਼ ਕੀਤੀ ਦੀ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੇ ਨਾਲ ਬਹੁਤ ਸੰਖੇਪ ਰੂਪ ਦੇ ਵਿੱਚ, ਜਦੋਂ ਸਿੱਖ ਇੱਕ ਦੂਜੇ ਨੂੰ ਮਿਲਦੇ ਹਨ ਤਾਂ ਜੋ ਦਸ਼ਮੇਸ਼ ਪਿਤਾ ਜੀ ਨੇ ਉਹਨਾਂ ਨੂੰ ਬੜਾ ਪਵਿੱਤਰ ਬੋਲਾ ਬਖਸ਼ਿਆ ਹੈ, ਉਹਦੇ ਬਾਰੇ ਭਾਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਬਾਰੇ ਦੱਸਣ ਦਾ ਯਤਨ ਕਰਾਂਗਾ ਜੀ। ਹਰ ਧਰਮ ਦੇ ਵਿੱਚ ਕੋਈ ਸ਼ਬਦ ਵਾਕ ਜਾਂ ਬੋਲੇ ਮਿੱਥੇ ਗਏ ਹਨ, ਜਿਵੇਂ ਕਿ ਇਸਲਾਮ ਧਰਮ ਦੇ ਵਿੱਚ ਅਸਲਾਮ ਅਲੈਕਮ, ਹਿੰਦੂ ਧਰਮ ਦੇ ਵਿੱਚ ਜੈ ਰਾਮ ਜੈ ਕ੍ਰਿਸ਼ਨ, ਅਤੇ ਕ੍ਰਿਸ਼ਨ ਧਰਮ ਦੇ ਵਿੱਚ ਸ਼ੁਭ ਸਵੇਰ ਸ਼ੁਭ ਸ਼ਾਮ ਸ਼ੁਭ ਦੁਪਹਿਰ, ਜਿਵੇਂ ਆਪਾਂ ਇੰਗਲਿਸ਼ ਵਿੱਚ ਗੁੱਡ ਮੋਰਨਿੰਗ ਗੁੱਡ ਈਵਨਿੰਗ ਗੁੱਡ ਆਫਟਰਨੂਨ ਕਹਿੰਦੇ ਹਾਂ, ਇਹ ਆਉਂਦੇ ਹਨ। ਪਰ ਸਿੱਖ ਧਰਮ ਦੇ ਵਿੱਚ ਇਹ ਬੋਲਾ ਹੈ ਜੋ ਦਸ਼ਮੇਸ਼ ਪਿਤਾ ਜੀ ਨੇ ਖਾਲਸੇ ਸਿਰਜਣਾ ਕੀਤੀ ਤਾਂ ਇਹ ਬੋਲੇ ਦੀ ਬਖਸ਼ਿਸ਼ ਕੀਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਮੁਖ ਪਿਆਰਿਓ, ਆਪਾਂ ਜਦੋਂ ਆਪਣੇ ਇਤਿਹਾਸ ਵੱਲ ਵੇਖਦੇ ਹਾਂ ਤਾਂ 1699 ਈਸਵੀ ਦੀ ਵਿਸਾਖੀ ਨੂੰ ਜਦੋਂ ਦਸ਼ਮੇਸ਼ ਪਿਤਾ ਜੀ ਨੇ ਖਾਲਸੇ ਸਿਰਜਣਾ ਕੀਤੀ ਤਾਂ ਉਸ ਵੇਲੇ ਜੋ ਸਿੱਖ ਹਨ ਉਹਨਾਂ ਨੂੰ ਸਿੰਘ ਅਤੇ ਬੀਬੀਆਂ ਨੂੰ ਕੌਰ ਦਾ ਦਰਜਾ ਦਿੱਤਾ ਗਿਆ, ਅਤੇ ਉਸ ਵੇਲੇ ਇਹ ਬੋਲਾ ਬੋਲਿਆ ਜਾਣ ਵਾਸਤੇ ਕਿਹਾ ਗਿਆ। ਸੋ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਤੱਕ ਪੈਰੀ ਪੈਣਾ ਜਾਂ ਸਤਨਾਮ ਆਮ ਕਰਕੇ ਪ੍ਰਚਲਿਤ ਸਨ, ਪਰ ਉਸ ਵੇਲੇ ਤੋਂ ਇਹ ਬੋਲਾ ਜਿਹੜਾ ਹੈ ਇਹ ਬੋਲਿਆ ਜਾਂਦਾ ਹੈ। ਇਹਨੂੰ ਆਪਾਂ ਸੰਖੇਪ ਰੂਪ ਦੇ ਵਿੱਚ ਇਹਦਾ ਅੰਤਰੀ ਭਾਵ ਸਮਝਣ ਦਾ ਯਤਨ ਕਰਾਂਗੇ ਕਿ ਇਹਦਾ ਪਿਛੋਕੜ ਕੀ ਹੈ। ਜੇ ਆਪਾਂ ਉੱਪਰੋਂ ਸ਼ਬਦਾਂ ਵਾਲਾ ਇਹਦੇ ਮੀਨਿੰਗ ਦੇਖੀਏ ਤਾਂ ਬੜਾ ਸਿੱਧਾ ਸਾਧਾ ਹੈ, ਖਾਲਸਾ ਪਰਮਾਤਮਾ ਦਾ ਹੈ ਅਤੇ ਜਿੱਤ ਵੀ ਪਰਮਾਤਮਾ ਦੀ ਹੈ। ਪਰ ਆਪਾਂ ਇਹਦਾ ਅੰਤਰੀ ਭਾਵ ਸਮਝਣ ਵਾਸਤੇ ਭੰਗਾਣੀ ਦਾ ਯੁੱਧ ਹੋਇਆ ਜੋ ਦਸ਼ਮੇਸ਼ ਪਿਤਾ ਜੀ ਜੀਵਨ ਦੇ ਵਿੱਚ ਸਭ ਤੋਂ ਪਹਿਲਾ ਵੱਡਾ ਯੁੱਧ ਸੀ। ਇਸ ਦੇ ਵਿੱਚ ਸਿੰਘਾਂ ਨੂੰ ਫਤਿਹ ਹੋਈ ਤਾਂ ਦਸ਼ਮੇਸ਼ ਪਿਤਾ ਜੀ ਨੂੰ ਆ ਕੇ ਸਿੰਘਾਂ ਨੇ ਵਧਾਈ ਦਿੱਤੀ ਕਿ ਦਸ਼ਮੇਸ਼ ਪਿਤਾ ਜੀ ਤੁਹਾਨੂੰ ਵਧਾਈ ਹੋਵੇ, ਤੁਹਾਡੀ ਜਿੱਤ ਹੋਈ। ਉਹਨੇ ਸਿਰ ਹਿਲਾਤਾ। ਫਿਰ ਸਿੰਘਾਂ ਨੇ ਬੇਨਤੀ ਕੀਤੀ ਕਿ ਦਸ਼ਮੇਸ਼ ਪਿਤਾ ਜੀ ਖਾਲਸਾ ਪੰਥ ਦੀ ਜਿੱਤ ਹੋਈ, ਸਿਰ ਹਿਲਾਤਾ। ਫਿਰ ਸਿੰਘਾਂ ਨੇ ਬੇਨਤੀ ਕੀਤੀ ਕਿ ਖਾਲਸਾ ਫੌਜਾਂ ਦੀ ਜਿੱਤ ਹੋਈ, ਤੁਹਾਨੂੰ ਬਹੁਤ ਬਹੁਤ ਵਧਾਈ ਹੋਵੇ, ਫਿਰ ਸਿਰ ਹਿਲਾਤਾ। ਤਾਂ ਉਸਦੇ ਪਿੱਛੋਂ ਸਿੰਘ ਹੱਥ ਬੰਨ ਕੇ ਖੜ ਗਏ ਕਿ ਦਸ਼ਮੇਸ਼ ਪਿਤਾ ਜੀ ਇਹ ਜਿੱਤ ਤੁਹਾਡੀ ਵੀ ਹੈ ਨਹੀਂ, ਇਹ ਜਿੱਤ ਖਾਲਸਾ ਪੰਥ ਦੀ ਵੀ ਹੈ ਨਹੀਂ, ਇਹ ਜਿੱਤ ਸਿੱਖ ਫੌਜਾਂ ਦੀ ਵੀ ਹੈ ਨਹੀਂ, ਇਹ ਜਿੱਤ ਕਿਹਦੀ ਹੈ। ਤਾਂ ਉਸ ਸਮੇਂ ਦਸ਼ਮੇਸ਼ ਪਿਤਾ ਜੀ ਨੇ ਕਿਹਾ ਸੀ ਭਾਈ ਇਹ ਜਿੱਤ ਅਕਾਲ ਦੀ ਹੈ, ਉਸ ਪਰਮਾਤਮਾ ਦੀ ਹੈ। ਆਪਾਂ ਜਦੋਂ ਕੋਈ ਵਿਦਿਆਰਥੀ ਪੜ੍ਹਾਈ ਵਿੱਚ ਫਸਟ ਆਉਂਦਾ ਹੈ, ਉਹ ਕਹੇ ਕਿ ਮੈਂ ਫਸਟ ਆਇਆ, ਕੋਈ ਡਾਕਟਰ ਚੰਗਾ ਕਹੇ ਮੈਂ ਚੰਗਾ ਡਾਕਟਰ ਹਾਂ, ਕੋਈ ਚੰਗਾ ਅਧਿਆਪਕ ਹੈ, ਇਹ ਗੱਲ ਸ਼ੋਭਾ ਨਹੀਂ ਦਿੰਦੀ। ਕਿਉਂ? ਇਹਦੇ ਵਿੱਚ ਫਿਰ ਮੈਂ ਆ ਜਾਂਦੀ ਹੈ। ਜਿੱਥੇ ਮੈਂ ਆ ਜਾਵੇ ਉੱਥੇ ਰੱਬ ਨਹੀਂ ਹੁੰਦਾ। ਗੁਰਬਾਣੀ ਦਾ ਕਥਨ ਹੈ ਹਉਮੈ ਜਾਈ ਤਾਂ ਕੰਤ ਸਮਾਈ। ਜੋ ਕਿਸੇ ਵੀ ਪ੍ਰਕਾਰ ਦੀ ਕਾਮਯਾਬੀ ਹੈ, ਜਿੱਤ ਹੈ, ਫਤਿਹ ਹੈ, ਉਸ ਨੂੰ ਪਰਮਾਤਮਾ ਦੀ ਗਿਣਨਾ ਹੈ। ਸਭ ਕੁਝ ਉਸ ਪਰਮਾਤਮਾ ਦੀ ਦੇਣ ਹੈ। ਜੇ ਆਪਾਂ ਆਪਣੀ ਗਿਣਾਂਗੇ ਉਹਦੇ ਵਿੱਚ ਫਿਰ ਈਗੋ ਆ ਜਾਂਦੀ ਹੈ, ਮੈਂ ਆ ਜਾਂਦੀ ਹੈ। ਸੋ ਇਹ ਆਪਣੇ ਲਈ ਸਮਝਣਾ ਬਹੁਤ ਜ਼ਰੂਰੀ ਹੈ। ਹੁਣ ਆਪਾਂ ਖਾਲਸੇ ਬਾਰੇ ਸਮਝੀਏ। ਖਾਲਸਾ ਜੋ ਸ਼ਬਦ ਹੈ ਇਹ ਅਰਬੀ ਭਾਸ਼ਾ ਦਾ ਹੈ। ਇਸਦਾ ਭਾਵ ਹੈ ਸ਼ੁੱਧ, ਪਿਓਰ, ਪਿਓਰ ਹਾਰਟਡ। ਖਾਲਸਾ ਇਹ ਜੋ ਜ਼ਮੀਨ ਦਾ ਪਹਿਲਾਂ ਸਮੇਂ ਵਿੱਚ ਉਹ ਟੁਕੜੇ ਨੂੰ ਗਿਣਿਆ ਜਾਂਦਾ ਸੀ ਜਿਹੜਾ ਕਿ ਜਿਹਦਾ ਸੰਬੰਧ ਸਿੱਧਾ ਬਾਦਸ਼ਾਹ ਨਾਲ ਹੋਇਆ ਕਰਦਾ ਸੀ। ਸੋ ਖਾਲਸੇ ਦਾ ਸੰਬੰਧ ਸਿੱਧਾ ਦਸ਼ਮੇਸ਼ ਪਿਤਾ ਜੀ ਨਾਲ ਹੈ। ਸੋ ਗੁਰਮੁਖ ਪਿਆਰਿਓ, ਜਦੋਂ ਮਨੁੱਖ ਸਹੀ ਰੂਪ ਦੇ ਵਿੱਚ ਖਾਲਸੇ ਜੀਵਨ ਧਾਰਨ ਕਰ ਲੈਂਦਾ ਤਾਂ ਉਸ ਵੇਲੇ ਗੁਰਬਾਣੀ ਦਾ ਕਥਨ ਹੈ 16 ਕਲਾ ਸੰਪੂਰਨ ਫਲਿਆ ਅੰਤ ਕਲਾ ਹੋਏ ਠਾਕਰ ਚੜਿਆ। ਭਾਵ ਜਦੋਂ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਸੱਚੇ ਸੁੱਚੇ ਹਿਰਦੇ ਨਾਲ ਵਸ ਜਾਂਦਾ ਹੈ, ਮਨੁੱਖ ਗੁਰਮਤ ਅਨੁਸਾਰ ਆਪਣਾ ਜੀਵਨ ਬਤੀਤ ਕਰਦਾ ਹੈ, ਮਨੁੱਖ ਗੁਰਮਤ ਨੂੰ ਆਪਣੇ ਜੀਵਨ ਦਾ ਸਹੀ ਹਿੱਸਾ ਬਣਾਉਂਦਾ ਹੈ, ਸਾਰੇ ਕੰਮਕਾਰ ਗੁਰਮਤ ਅਨੁਸਾਰ ਕਰਦਾ ਹੈ, ਤਾਂ ਉਸ ਵੇਲੇ ਉਸਦਾ ਜੀਵਨ
संपूर्णता वाले पासे आ जाता है। सो आपां जो सिख इतिहास ऐसे चीज़ा हैं, जो सिद्धांत हैं, जो बोले हैं, जो इतिहास है, ये आपां नूं आप समझन दी लोड़ है, ते अपने बच्चों भी दसन दी लोड़ है, जो कि साड़ी कौम का फ्यूचर हैं, भविख हैं। जिस कौम के बच्चे उजले हैं, उस कौम का भविख भी उजला होया करता है। भुल चुक दी क्षमा करना जी, फतेह बुला दिओ। वाहिगुरू जी का खालसा, वाहिगुरू।